ਇਹੀ ਬੰਦਾ ਘਰ ਜਾ ਕੇ ਖੋਨੇ ਨੇ ਕੀ ਉਹ ਬੜੇ ਘੈਂਟ ਕੱਪੜੇ ਤਿਆਰ ਆ OMG ਮਾਈ ਗੋਡ ਸਭ ਤੋਂ ਲੇਟ ਤਿਆਰ ਹੋਣ ਵਾਲਾ ਬੰਦਾ ਅੱਜ ਸਭ ਤੋਂ ਪਹਿਲਾਂ ਤਿਆਰ ਹੋ ਕੇ ਬੈਠਾ ਕੀ ਚੱਕਰ ਆ ਬੁਖਾਰ ਬੁਖੂਰ ਤਾਂ ਨਹੀਂ ਕਿਤੇ ਅੱਜ ਗਰਮ ਲੱਗਦਾ ਥੋੜਾ ਥੋੜਾ ਬੁਖਾਰ ਲੱਗਦਾ ਵੈਲਕਮ ਬੈਕ ਟੂ ਦੀ ਚੈਨਲ ਗਾਇਸ ਆਈ ਹੋਪ ਤੁਸੀਂ ਸਾਰੇ ਘੈਂਟ ਹੋ ਮੈਂ ਵੀ ਘੈਂਟ ਅੱਜ ਸੋਖਣਾ ਭਾਗਾਂ ਵਾਲਾ ਦਿਨ ਜਿਹੜਾ ਸਾਰੇ ਟਾਈਮ ਨਾਲ ਰੈਡੀ ਹੋ ਗਏ ਠੀਕ ਠਾਕ ਜੀ ਤੁਸੀਂ ਬੁਖਾਰ ਬੁਖੂਰ ਤਾਂ ਨਹੀਂ ਤੁਹਾਨੂੰ ਕਿਤੇ ਪਰ ਇਹਨੇ ਗੱਲ ਨਹੀਂ ਦੱਸੀ ਕੋਈ ਨਹੀਂ ਵੀਰੇ ਜੇ ਦੱਸਦਾ ਤੁਹਾਨੂੰ ਵੀ ਦੱਸਦੇ ਕੀ ਚੱਕਰ ਅੱਜ ਚੱਕਰ ਕੋਈ ਦੂਜਾ ਹੀ ਲੱਗਦਾ ਹਨਾ ਚੱਲੀਏ ਚੱਲੀਏ ਲੋਕੇਸ਼ਨ ਜਾਂਦੇ ਜਾਂਦੇ ਸਾਨੂੰ ਅੱਧਾ ਪੌਣਾ ਘੰਟਾ ਲੱਗਣਾ ਕਿਉਂਕਿ ਲੋਕੇਸ਼ਨ ਬਹੁਤ ਦੂਰ ਆ ਤੁਹਾਨੂੰ ਜਾ ਕੇ ਦੱਸਦੇ ਹਾਂ ਯੈਸ ਸੋ ਤੁਹਾਨੂੰ ਜਾ ਕੇ ਦੱਸਦੇ ਹਾਂ ਸੁਸੀਜੀ ਦੀ ਪਹੁੰਚੇ ਜਸ ਨੂੰ ਪਿਕ ਕਰੀ ਤੇ ਲੋਕੇਸ਼ਨ ਤੇ ਪਹੁੰਚੀਏ ਸੋ ਸਾਰੇ ਜਣੇ ਰੈਡੀ ਹੋ ਗਏ ਆ ਤੇ ਹੁਣ ਛੇਤੀ ਛੇਤੀ ਪਹੁੰਚੇ ਕਿਉਂਕਿ ਟਾਈਮ ਇੱਕ ਵੱਜ ਚੁੱਕਿਆ 11 ਵਜੇ ਦਾ ਟਾਈਮ ਹੀ ਇੱਕ ਵਜਾਤਾ ਜੇ ਜੋ ਮਰਜ਼ੀ ਕਰ ਲਓ ਵੱਜਣਾ ਇੱਕ ਹੀ ਆ ਜੋ ਮਰਜ਼ੀ ਕਰ ਲਓ ਸੋ ਹੁਣ ਛੇਤੀ ਛੇਤੀ ਲੋਕੇਸ਼ਨ ਤੇ ਪਹੁੰਚੀਏ ਕਿਉਂਕਿ ਪਹਿਲਾਂ ਹੀ ਲੇਟ ਹੋ ਚੁੱਕੇ ਹਾਂ ਸੋ ਲੋਕੇਸ਼ਨ ਤੇ ਪਹੁੰਚ ਗਏ ਹੋਏ ਆ ਪੂਰੇ ਟਾਈਮ ਤੇ ਬੌਂਸ ਅੱਡਾ ਸੋ ਇੱਥੇ ਵੇਖਦੇ ਆ ਮਨਾ ਤੇ ਕਰਦੇ ਹੈ ਕਿ ਫੋਟੋਆਂ ਅੰਦਰ ਨਹੀਂ ਖਿੱਚਣੀਆਂ ਪਰ ਨਹੀਂ ਖਿੱਚ ਕੇ ਜਾਣਾ ਚੱਲੀਏ ਸੋ ਹਰਸ਼ ਦਾ ਮੈਨੂੰ ਰੀਜ਼ਨ ਪਤਾ ਲੱਗ ਗਿਆ ਥੋੜਾ ਪਰਸਨਲ ਇਸ਼ੂ ਆ ਅਸੀਂ ਡਿਸਕਸ ਨਹੀਂ ਕਰ ਸਕਦੇ ਹਾਂਜੀ ਨਹੀਂ ਦੱਸ ਸਕਦੇ ਸਾਡਾ ਲੋਕੇਸ਼ਨ ਤਾਂ ਬਹੁਤ ਹੀ ਘੈਂਟ ਆ ਪਰ ਇੱਥੇ ਥੋੜੀ ਪ੍ਰੋਬਲਮ ਆ ਜਾਂਦੀ ਹੈ ਵਲੋਗ ਕਰਨ ਦੇ ਵਿੱਚ ਕਿਉਂਕਿ ਸਾਡੇ ਨਾਲ ਥੋੜੇ ਫੋਰਨਰਸ ਬੈਠੇ ਹੋਏ ਸੀ ਤਾਂ ਕਰਕੇ ਚੰਗਾ ਨਹੀਂ ਲੱਗਣਾ ਉਹਨਾਂ ਨੂੰ ਡਿਸਟਰਬ ਕਰਨ ਨਾਲੇ ਇੱਥੇ ਅਲਾਊਡ ਵੀ ਨਹੀਂ ਆ ਕਿ ਤੁਸੀਂ ਅੰਦਰ ਵਲੋਗ ਕਰ ਸਕਦੇ ਫੋਟੋਸ਼ੂਟ ਕੈਮਰਾ ਖਿੱਚ ਸਕਦੇ ਬਸ ਸਿਰਫ ਅਸੀਂ ਫੋਨ ਨਾਲ ਫੋਟੋਆਂ ਖਿੱਚ ਸਕਦੇ ਇੱਥੇ ਸੋ ਖਿੱਚੀਆਂ ਤਾਂ ਹੋਣਾ ਹੀ ਆਏ ਆ ਮੈਂ ਕਿਹਾ ਥੋੜੀ ਪੱਗ ਸ਼ੱਗ ਲਈ ਹੈ ਘੈਂਟ ਸ਼ੀਸ਼ਾ ਕਿੰਨਾ ਸੋਹਣਾ ਅਤੇ ਇੱਧਰ ਉਹੀ ਨਾ ਜਿੱਥੇ ਵਧੀਆ ਲੋਕੇਸ਼ਨ ਆ ਉੱਥੇ ਅਲਾਊਡ ਨਹੀਂ ਹੁੰਦਾ ਫੋਟੋਸ਼ੂਟ ਕਰਨਾ ਸੋ ਅਸੀਂ ਫਿਰ ਵੀ ਫੋਨ ਤੋਂ ਫੋਟੋਆਂ ਖਿੱਚ ਲਈਆਂ ਹੁਣ ਆਏ ਸੀ ਫੋਟੋਆਂ ਖਿੱਚਣੀਆਂ ਤਾਂ ਜ਼ਰੂਰੀ ਸੀ ਫੋਟੋਆਂ ਖਿੱਚੇ ਬਿਨਾਂ ਤਾਂ ਅਸੀਂ ਜਾ ਨਹੀਂ ਸਕਦੇ ਸੋ ਅੰਦਰ ਫੋਟੋਸ਼ੂਟ ਕਰ ਲਿਆ ਬਾਹਰ ਵੀ ਅਸੀਂ ਕਰ ਲਿਆ ਪਰ ਮਜ਼ਾ ਜਾ ਨਹੀਂ ਆਇਆ ਯਾਰ ਹੁਣ ਅੱਜ ਦਿਨ ਬਹੁਤ ਹੀ ਬੋਰਿੰਗ ਜਿਹਾ ਅਤੇ ਇਹ ਦਿਨ ਨੂੰ ਰੋਮਾਂਚਕ ਬਣਾਉਂਦੇ ਹਾਂ ਘਰ ਜਾ ਕੇ ਗੁੱਡੀਆਂ ਡਾ ਕੇ ਅਤੇ ਇੱਕ ਆਇਆ ਆਪਣੇ ਕੋਲ ਪਾਰਸਲ ਘਰ ਜਾ ਕੇ ਖੋਨੇ ਨੇ ਕੀ ਉਹ ਬੜੇ ਘੈਂਟ ਕੱਪੜੇ ਧਿਆਨ ਨਾ ਸੋ ਛੇਤੀ ਛੇਤੀ ਘਰ ਪਹੁੰਚੇ ਯਾਰ ਬਹੁਤ ਬੋਰ ਗਏ ਚਲੋ 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 ਸੋ ਘਰ ਆ ਚੁੱਕੇ ਹਾਂ ਕੋਠੇ ਚੜ੍ਹੇ ਅਤੇ ਵੇਖਿਆ ਅਤੇ ਚਾਰੇ ਬੰਨੇ ਧੁੰਦ ਹੀ ਧੁੰਦ ਆ ਹਵਾ ਵੀ ਘੱਟ ਚੱਲ ਰਹੀ ਆ ਗੁੱਡੀਆਂ ਹੀ ਬਾਏ ਕਰ ਲਈਆਂ ਪਰ ਡਾਵਾਂਗੇ ਜ਼ਰੂਰ ਡੋਣੀਆਂ ਜ਼ਰੂਰ ਦੋ ਗੁੱਡੀਆਂ ਲਿਆਂਦੀਆਂ ਹੁਣ ਹਰਸ਼ ਨੂੰ ਭੇਜਾਂਗੇ ਆਪਣੇ ਕੋਠੇ 'ਤੇ ਅਤੇ ਆਪਾਂ ਡਾਵਾਂਗੇ ਤਾਂ ਆਪਸ 'ਚ ਪੇਚੇ ਲਾਵਾਂਗੇ ਅਤੇ ਸਭ ਤੋਂ ਪਹਿਲਾਂ ਤੁਹਾਨੂੰ ਵਿਖਾਉਂਦੇ ਹਾਂ ਸੋ ਸਭ ਤੋਂ ਪਹਿਲਾਂ ਇਹਦੇ 'ਚ ਹੈਗਾ ਇੱਕ ਬੈਲੈਂਸ ਜਾਂ ਕਦਮ ਮਫਰਲ ਸਵੈਟਰ ਯਾਰ ਮੈਂ ਫਸਟ ਟਾਈਮ ਵੇਅਰ ਕਰਨੇ ਏਦਾਂ ਦੇ ਆ ਸੋਹਣਾ ਵਾ ਠੀਕ ਹੈ ਕਿਹੜਾ
ਹਰਸ਼ ਚਲਾਓ ਕੋਠੇ ਬਾਏ ਮੇਤ ਨਹੀਂ ਕਰਾ ਕੇ ਹੋਣੀ ਵਾਹ ਹੈਗੀ ਆ ਹਵਾ ਹੋਵੇ ਚਾਹੇ ਨਾ ਹੋਵੇ ਆਪਾਂ ਡੋਣੀ ਜਸ ਪੜਨੀ ਅੱਜ ਹਰਸ਼ ਦੀ ਗੁੱਡੀ ਠੀਕ ਆ ਬੜਾ ਪੈ ਪੈ ਕਰਦੇ ਨਾ ਤੁਹਾਨੂੰ ਗੁੱਡੀ ਡੋਣੀ ਹੁੰਦੀ ਤੁਹਾਨੂੰ ਨਹੀਂ ਹੁੰਦੀ ਉਹ ਅੱਜ ਵੱਢ ਕੇ ਰਹਿਣੀ ਭਾਵੇਂ ਉਹਨੂੰ ਕਾਂਢੀ ਪਾਵੇ ਨਾ ਵੱਢਣੀ ਕੋਈ ਵੱਢ ਤੇ ਨਹੀਂ ਠੀਕ ਆ ਠੀਕ ਹੈ ਜਾਨ ਬਾਈ ਉਹਨੇ ਤੁਹਾਡੀ ਬੇਇੱਜ਼ਤੀ ਕੀਤੀ ਨਾ ਹੁਣ ਆਪਾਂ ਇਹਦੀ ਕਾਂਢੀ ਨਾ ਵੱਢੀ ਮੈਂ ਕਿਹਾ ਮੈਂ ਵੇਖੀ ਚਲੋ ਮੈਂ ਕਾਂਢੀਆਂ ਪਾਵ ਫੜਨੀਆਂ ਵੇਖੀ ਗੁੱਡੀ ਦੀ ਆਹੋ ਆਹੋ ਚਲੋ ਬਧਾਈ ਪਹਿਲਾਂ ਸਭ ਤੋਂ ਪਹਿਲਾਂ ਤਲਾਵਾਂ ਪਾਈਏ ਆਪਾਂ ਗੁੱਡੀ ਨੂੰ ਉਹਨੂੰ ਭਰਾ ਕੱਢ ਜਾ ਤਲਾਵਾਂ ਦੇ ਸੋਨੇ ਮੈਂ ਤੂੰ ਹੱਥ ਮਰੋਣਾ ਵਾ ਤੈਨੂੰ ਖੈਂਚਾ ਵੱਜੇਗਾ ਅੱਜ ਅੱਜ ਵੱਢ ਕੇ ਰਹਿਣੀ ਇਹਦੀ ਬੱਚਿਆਂ ਨੂੰ ਭੁਲੇਖੇ ਹੁੰਦੇ ਆ ਉਹ ਤਾਂ ਲੱਗ ਜੂ ਪਤਾ ਇਹੀ ਬੰਦਾ ਸੀ ਜਿਹੜਾ ਬੇਜੀ ਕਰਦਾ ਸੀ ਯੈਲੋ ਹੁਣ ਨਿਕਲ ਕੇ ਦੱਸ ਤੇਰੇ ਘਰੇ ਕੋਈ ਗੁੱਡੀ ਹੈਗੀ ਆ ਮੈਂ ਵੀ ਆ ਚੱਲੂ ਚੱਲੂ ਆਹੋ ਮੋਟਾ ਵਾ ਚੱਕ ਹੁਣ ਵੇਖਦੇ ਜੋੜ ਕੇ ਡੋਂਦਾ ਕਿ ਨਹੀਂ ਡੋਂਦਾ ਇਹਨੂੰ ਮੈਂ ਕਹਿ ਰਿਹਾ ਤਲਾਵਾਂ ਪਾਉਂਦੇ ਸਾਨੂੰ ਪਾਉਂਦੇ ਤਲਾਵਾਂ ਕਿੰਨੀ ਕਾਲੀ ਚੱਲ ਉਹ ਸੋਚਦਾ ਹੋਣਾ ਇੰਨਾ ਤਾਂ ਵੜਵਾਉਂਦਾ ਵੜਵਾ ਹੀ ਲਈ ਚੱਲ ਹੁਣ ਜੋੜ ਕੇ ਵੇਖ ਵੇਖਦੇ ਜੋੜਦਾ ਕਿ ਨਹੀਂ ਜੋੜਦਾ ਅਰੇ ਵਾਹ ਓ ਹੋ ਹੋ ਵਿਖਾਈ ਸ਼ਾਬਾਸ਼ ਕਿਆ ਵਾਰ ਹੈ ਟੇਪ ਲਾ ਲਾ ਹੁਣ ਟੇਪ ਲਾ ਲਾ ਉਹ ਸਾਡੇ ਕੰਪੀਟੀਟਰ ਨੇ ਪਾਟੀ ਗੁੱਡੀ ਜੋੜ ਕੇ ਵਧਾ ਵੀ ਲਈ ਕਿਆ ਬਾਤ ਹੈ ਟੈਲੈਂਟਡ ਟੈਲੈਂਟਡ ਹੈ ਜਪੈਨ ਫਾਤੀ ਬੈਣਾ ਉੱਪਰ ਪ੍ਰਾਪਤ ਹੋ ਗਈ ਲਾ ਲੈਣੀ ਹੈ ਨਹੀਂ ਗਿੱਡੀ ਲੈ ਓ ਮੈਂ ਛੱਡ ਕਿੱਥੋਂ ਪੈਸੇ ਬਰਬਾਦ ਕਰਕੇ ਆਈ ਇਹ ਜੋੜ ਜਦ ਤੈਨੂੰ ਕਹੇ ਨਾ ਮਾੜਾ ਸੀ ਫੇਰ ਜੋੜ ਚਲੋ ਕੰਪੀਟੀਟਰ ਚੇਂਜ ਕਰਤਾ ਮੈਂ ਕਿਹਾ ਚਲੋ ਵਧਾ ਜਸ ਲਵੇ ਸਪੇਅਰ ਰੱਖੀ ਹੋਈ ਹੈ ਇੱਕ ਹੁਣ ਥੱਲੇ ਰੱਖ ਲਾ ਕਿੱਡਾ ਤੇਜ਼ ਜੇ ਵੇਲੋ ਕਿੰਨਾ ਹੀ ਡੋਣੀ ਪਹਿਲਾਂ ਉਹਨੂੰ ਜੋੜ ਲਾ ਪਹਿਲਾਂ ਚੱਲ ਦੱਸ ਪਹਿਲਾਂ ਹੀ ਤੈਨੂੰ ਗੁੱਡੀ ਦੇ ਕੇ ਤੋਰਿਆ ਕਿਉਂਕਿ ਸਾਨੂੰ ਪਤਾ ਤੂੰ ਵਢਵਾਣੀ ਆ ਤਾਂ ਹੀ ਤੈਨੂੰ ਐਕਸਟਰਾ ਦਿੱਤੀਆਂ ਸਹੀ ਕਿਹਾ ਬਿਲਕੁਲ ਸਹੀ ਕਿਹਾ ਤੂੰ ਬਸ ਹੁਣ ਸੱਚ ਸਾਬਿਤ ਕਰਨੀ ਮੈਂ ਝੂਠਾ ਲਾ ਪਿਆ ਕਿਤੇ ਕੋਈ ਨੀ ਮੈਂ ਕਰ ਲੂ ਜਾਨਾ ਰੁਕ ਚਾਹ ਪੀ ਲੈ ਸ਼ਕਲ ਵਿਖਾਓ ਵੇਲਾ ਵੇਲਾ ਹੁਣ ਮੈਂ ਵੇਲਾ ਮਾਨ ਮਾਨ ਸ਼ਾਬਾਸ਼ ਵੀ ਆ ਰਿਹਾ ਕੋਲਾ ਮੂਹੇ ਕੋਲਾ ਮੂਹੇ ਜੰਗਾ ਵੀ ਜੀ ਜੀ ਹਾਂ ਦੀ ਮੀ ਗੁੱਡੀ ਏ ਤੇ ਲੈ ਜਿਹੜਾ ਜੀ ਹੁੰਦਾ ਤੇਰਾ ਯਾਰ ਯਾਰ ਨਹੀਂ ਚੱਲ ਜਾ ਜਾ ਹਰਮਨ ਜਾ ਉਹ ਹਰਮਨ ਉਹ ਗੁੱਡਾ ਫੜਨ ਜਾ ਰਿਹਾ ਉਹ ਦੇਖੋ ਵੇਖ ਰਿਹਾ ਚੱਲ ਹਰਮਨ ਉਹ ਤੇ ਡੇਗ ਗਿਆ ਨਾ ਓਏ ਤੇਰਾ ਟਾਰਗੇਟ ਡਰ ਰਿਹਾ ਏ ਟਾਰਗੇਟ ਤੋਂ ਡਰਨਾ ਨਹੀਂ ਛਾਲ ਮਾਰ ਦੇ ਥੱਲੇ ਤੂੰ ਜਾ ਯਾਰ ਤੂੰ ਜਾ ਹਰਮਨ ਚਲੋ ਜਾਓ ਰਹਿ ਨੇ ਰਹਿੰਦੇ ਹਰਸ਼ ਡਰ ਗਿਆ ਡਰ ਗਿਆ ਹੁਣ ਸਾਡੇ ਮੱਲੇ ਦੇ ਚੋਟੀ ਦੇ ਚੋਟੀ ਦੇ ਪਤੰਗ ਬਾਜ ਹੁਣ ਸਾਡੇ ਮੱਲੇ ਦੇ ਚੋਟੀ ਦੇ ਬਾਂਦਰ ਵੇਖੀ ਹੁਣ ਉਹ ਵੇਖੀ ਚੋਟੀ ਦੇ ਬਾਂਦਰ ਉਹ ਚੱਲ ਜਾਏ ਭਾਈ ਵੇਖਿਆ ਚੋਟੀ ਦੇ ਬਾਂਦਰ ਦੇਖੋ ਸ਼ਾਇਦ ਵੇਖੀ
ਧਿਆਨ ਨਾਲ ਅਸੀਂ ਕੋਈ ਨਹੀਂ ਗੁੱਡੀ ਨਵੀਂ ਲੈ ਆਵਾਂਗੇ ਨਵੀਂ ਲੈ ਆਵਾਂ ਕੋਈ ਚੱਕਰ ਨਹੀਂ ਆ ਵੈਲ ਡਨ ਪਈ ਲੈ ਲਈ ਉਹ ਬਸ ਅੜ ਨਾ ਜਾਵੇ ਸ਼ਾਬਾਸ਼ 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 ਪੀੜ ਤੇਰੇ ਹੋਈ ਹੈ ਨਾ ਪੈਰਾਂ ਦੀ ਪੀੜ ਤਾਂ ਹੋਈ ਆ ਚੰਗੇ ਹੋ ਸਾਡਾ ਇੱਕ ਕੰਪੀਟੀਟਰ ਘੱਟ ਗਿਆ ਹੋਇਆ ਉਹ ਵਧੀਆ ਯਾਰ ਗੁੱਡਾ ਵਾ ਆਪਣੇ ਕਿਉਂ ਵੱਡੇ ਨਾ ਕਿਉਂਕਿ ਭਾਰਾ ਵਾ ਹਨਾ ਅੜ ਗਈ ਚੱਲ ਜਾ ਯਾਰ ਆਹੋ ਆ ਫੜਿਓ ਤਾਹੀਓ ਤੇਰੀਆਂ ਦੋ ਵਾਰੀ ਵੜਤੀਆਂ ਜਾਈ ਯਾਰ ਚੱਲ ਜਾ ਡੋਰ ਬਣ ਗਈ ਬਣੀ ਐ ਡੋਰ ਵੜ ਗਈ ਤੇ ਮੈਂ ਕਹਿਣਾ ਕੁਝ ਆ ਲੈ ਚੱਲ ਚੱਲ ਥੱਲੇ ਕਰ ਲੈ ਥੱਲੇ ਕਰ ਲੈ ਥੱਲੇ ਕਰ ਆ ਲੈ ਚੱਲ ਚੱਲ ਪੈ ਗਈ ਨਹੀਂ ਹੁਣ ਚੰਗੇ ਹੋ ਬੁੱਢਾ ਪਾੜ ਦੇ ਨਹੀਂ ਹੁਣ ਚੰਗੇ ਹੋ ਆਈ ਬੋਏ ਆਈ ਬੋਏ ਜਾ ਦੋਵੇਂ ਉੱਥੇ ਡਿੱਗੇ ਤੋੜੀਏ ਚਲੋ ਤੋੜੀਏ ਖਤਮ ਰਾਤੀ ਖਰਾਬ ਹੋਈ ਨਹੀਂ ਹੈ ਨਾ ਮਜ਼ਾ ਆ ਗਿਆ ਵੈ ਹੈ ਨਾ ਮਜ਼ਾ ਆ ਗਿਆ ਉਹਨੇ ਬੇਇੱਜ਼ਤੀ ਕਰਾਈ ਮਾਮਾ ਉਹ ਕਰਾ ਕੇ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆ ਅਗਲੇ ਰੋਜ਼ ਬਾਏ ਬਾਏ ਟੇਕ ਕੇਅਰ ਚੈਨਲ ਨੂੰ ਕੀ ਕਰ ਲਿਓ ਅਨਸਬਸਕ੍ਰਾਈਬ ਚਲਤਾ ਹੈ ਹਾਲਾ ਚਲਤਾ ਹੈ ਮੁਸੇ ਐਸੇ ਵੀ ਚੈਨਲ ਨੂੰ ਕੀ ਕਰ ਲਿਓ ਅਨਸਬਸਕ੍ਰਾਈਬ ਚਲਤਾ ਹੈ ਚਲੋ ਫਿਰ ਫਿਰ ਤੋਂ ਰਿਪੋਰਟ ਵੀ ਕਰ ਸਕਦੇ ਹੋ ਚੈਨਲ ਨੂੰ ਕੀ ਕਰ ਲਿਓ ਰਿਪੋਰਟ ਇਹਨਾਂ ਦੀ ਕੋਈ ਨਾ ਮੰਨਿਓ ਇਗਨੋਰ ਮਾਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਵਾਰ ਬਾਏ ਟੇਕ ਕੇਅਰ ਅਗਲੇ ਵਲੌਗ ਨਹੀਂ ਆਣਾ ਹੁਣ ਅਗਲੇ ਵਲੌਗ ਨਹੀਂ ਆਣਾ ਐਵੇਂ ਨਹੀਂ ਹੋਣਾ ਆਏਗਾ ਆਏਗਾ ਤੁਸੀਂ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਬੈਲ ਤੇ ਵੀ ਟੈਪ ਕਰ ਲਓ ਕੋਈ ਫਾਇਦਾ ਨਹੀਂ ਆਏਗਾ 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 ਆਪਣਾ ਟਾਈਮ ਅਗਲਾ ਵਲੌਗ ਆਏਗਾ ਆਏਗਾ ਬਾਏ